ਤੇ ਵਿਚਾਰ ਵਟਾਂਦਰਾ ਅਸੀਂ ਜਾਰੀ ਰੱਖਿਆ ਹੋਇਆ ਪੰਚਾਇਤੀ ਚੋਣਾਂ ਨੂੰ ਲੈ ਕੇ, ਜ਼ਿਲ੍ਹਾ ਪਰਿਸ਼ਦ ਚੋਣਾਂ ਔਰ ਨਾਲ ਬਲਾਕ ਸਮਿਤੀਆਂ ਦੀਆਂ ਚੋਣਾਂ ਜੋ ਕਿ ਹੋਣ ਜਾ ਰਹੀਆਂ ਹਨ ਪੰਜਾਬ ਦੇ ਵਿੱਚ 19 ਸਪਟੰਬਰ ਨੂੰ, ਤੇ 22 ਸਪਟੰਬਰ ਨੂੰ ਨਤੀਜੇ ਸਾਹਮਣੇ ਆਉਣਗੇ। ਲੇਕਿਨ ਉਸ ਤੋਂ ਪਹਿਲਾਂ ਅੱਜ ਜਸ ਬ੍ਰੌਡਕਾਸਟਿੰਗ ਦੀ ਟੀਮ ਔਰ ਅੱਜ ਦੇ ਮੁੱਦੇ ਦੇ ਵਿੱਚ ਵਿਚਾਰ ਇਸ ਕਰਕੇ ਹੋ ਰਿਹਾ ਕਿ ਆਖਿਰਕਾਰ ਤਸਵੀਰ ਜਿਹੜੀ ਹੈ ਉਹ ਕੀ ਬਿਆਨ ਕਰਦੀ ਹੈ, ਜਿਹੜੀ ਕਿ ਹੁਣ ਪੰਜਾਬ ਦੇ ਵਿੱਚ ਇਸ ਟਾਈਮ ਹਾਲਾਤ ਵੱਖ ਵੱਖ ਪਾਰਟੀਆਂ ਦੇ ਬਣੇ ਹੋਏ ਹਨ, ਇਹਦਾ ਸਿਆਸੀ ਫਾਇਦਾ ਕਿਹਨੂੰ ਹੋ ਸਕਦਾ, ਸਿਆਸੀ ਨੁਕਸਾਨ ਕਿਹਨੂੰ ਹੋ ਸਕਦਾ, ਅਤੇ ਕੌਣ ਜਿੱਤ ਕੇ ਸਾਹਮਣੇ ਆ ਸਕਦਾ, ਔਰ ਕਿਹੜੇ ਕਿਹੜੇ ਗੱਲਾਂ ਦੇ ਉੱਤੇ ਵਿਚਾਰ ਕਰਨਾ ਲਾਜ਼ਮੀ ਬਣ ਜਾਂਦਾ ਕਿ ਜਦ ਚੋਣਾਂ ਸਾਹਮਣੇ ਆਉਂਦੀਆਂ ਹਨ। ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਗੱਲ ਕੀਤੀ ਸੀਗੀ ਔਰ ਕਈ ਦਰਸ਼ਕਾਂ ਨੇ ਸਾਨੂੰ ਇਸ ਤੋਂ ਪਹਿਲਾਂ ਵੀ ਮੁੱਦੇ ਦੇ ਵਿੱਚ ਇਸ ਬਾਰੇ ਆਪਾਂ ਵਿਚਾਰ ਕਰ ਚੁੱਕੇ ਹਾਂ ਕਿ ਆਖਿਰਕਾਰ ਇੱਕ ਕੈਂਡੀਡੇਟ ਜਿਹੜਾ ਜਿੱਤ ਕੇ ਲੋਕਾਂ ਦੀ ਨੁਮਾਇੰਦਗੀ ਕਰਦਾ ਉਹਦਾ ਚਿਹਰਾ ਔਰ ਉਹ ਕੌਣ ਹੋਣਾ ਚਾਹੀਦਾ, ਜਿਵੇਂ ਕਿ ਤਜਵੀਜ਼ ਰੱਖੀ ਜਾ ਰਹੀ ਹੈ ਡੋਪ ਟੈਸਟ ਦੀ, ਜਿਵੇਂ ਕਿ ਤਜਵੀਜ਼ ਰੱਖੀ ਜਾ ਰਹੀ ਹੈ ਮੈਟ੍ਰਿਕ ਪਾਸ ਦੀ, ਆਖਿਰਕਾਰ ਇਹ ਤਸਵੀਰ ਕੀ ਬਿਆਨ ਕਰਦੀ ਹੈ, ਇਸ ਬਾਰੇ ਵੀ ਵਿਚਾਰ ਥੋੜ੍ਹਾ ਜਿਹਾ ਕਰ ਲੈਂਦੇ ਹਾਂ। ਇਸ ਬਾਰੇ ਤੁਹਾਡੇ ਕੀ ਕਮੈਂਟਸ ਨੇ ਕਿ ਜੇਕਰ ਜੇ ਹੁਣ ਡੋਪ ਟੈਸਟ ਔਰ ਮੈਟ੍ਰਿਕ ਪਾਸ ਦੀ ਗੱਲ ਸਾਹਮਣੇ ਆ ਰਹੀ ਹੈ, ਮੀਡੀਆ ਰਿਪੋਰਟਸ ਦੇ ਵਿੱਚ ਗੱਲ ਬਾਰ ਬਾਰ ਉੱਠਦੀ ਹੋਈ ਨਜ਼ਰ ਆਈ, ਲੇਕਿਨ ਹਜੇ ਤੱਕ ਹੋਇਆ ਕੁਛ ਨਹੀਂ, ਗੱਲ ਉੱਥੇ ਦੀ ਉੱਥੇ ਹੀ ਰਹੀ, ਤੁਹਾਨੂੰ ਲੱਗਦਾ ਇਹਦਾ ਫਾਇਦਾ ਹੋ ਸਕਦਾ ਸੀਗਾ ਅਗਰ ਇਸ ਗੱਲਾਂ ਦੇ ਉੱਤੇ ਸੋਚਣਾ ਚਾਹੀਦਾ ਸੀਗਾ ਸਰਕਾਰ? ਦੇਖੋ, ਪੰਜਾਬ ਦੇ ਵਿੱਚ ਕੁਛ ਵੀ ਨਾ ਚੀਜ਼ ਜਿਹੜੀ ਹੁੰਦੀ ਹੈ ਸਿਆਸਤ ਤੋਂ ਬਗੈਰ ਹੋ ਨਹੀਂ ਸਕਦੀ, ਹਰ ਚੀਜ਼ ਨੂੰ ਲੈ ਕੇ ਸਿਆਸਤ, ਹਰ ਚੀਜ਼ ਨੂੰ ਲੈ ਕੇ ਬਿਆਨਬਾਜ਼ੀ ਹੁੰਦੀ ਹੈ। ਪੰਚਾਇਤ ਚੋਣਾਂ ਨੂੰ ਲੈ ਕੇ ਵੀ ਇਹ ਸਭ ਕੁਛ ਹੋਇਆ। ਥੋੜ੍ਹੇ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਤਜਵੀਜ਼ ਰੱਖੀ ਕਿ ਡਰੱਗਸ ਦੇ ਉੱਤੇ ਕੰਟਰੋਲ ਕਰਨਾ ਹੈ, ਜੋ ਉਹਨਾਂ ਨੇ ਚੋਣਾਂ ਦੇ ਦੌਰਾਨ ਵਾਅਦਾ ਕੀਤਾ ਸੀ ਕਿ ਡਰੱਗਸ 'ਤੇ ਠੱਲ ਪਾਈ ਜਾਏਗੀ, ਕੰਟਰੋਲ ਕੀਤਾ ਜਾਏਗਾ। ਇੱਕ ਨਵੀਂ ਤਜਵੀਜ਼ ਉਹ ਕੱਢ ਕੇ ਲਿਆਏ ਕਾਂਗਰਸ ਸਰਕਾਰ ਜਿਹੜੀ ਕੈਪਟਨ ਅਮਰਿੰਦਰ ਸਿੰਘ, ਕਿ ਜਿੰਨੇ ਸਰਕਾਰੀ ਮੁਲਾਜ਼ਮ ਨੇ ਪੰਜਾਬ 'ਚ ਇਹਨਾਂ ਦਾ ਡੋਪ ਟੈਸਟ ਕਰਾਇਆ ਜਾਏ। ਤਦ ਲੋਕਾਂ ਨੇ ਵਿਰੋਧ ਕੀਤਾ, ਸਰਕਾਰੀ ਕਰਮਚਾਰੀਆਂ ਨੇ ਡੋਪ ਟੈਸਟ ਕਰਾਤਾ। ਇੱਕ ਲੀਗਲੀ ਰਾਈਟ ਵੀ ਨਹੀਂ ਹੈ ਕਿ ਤੁਸੀਂ ਕਿਸੇ ਦਾ ਡੋਪ ਟੈਸਟ ਕਿੱਦਾਂ ਕਰਾਓਗੇ, ਇਟਸ ਅ ਲੌਂਗ ਪ੍ਰੋਸੈਸ, ਉਹਦਾ ਕਾਫੀ ਵਿਰੋਧ ਹੋਇਆ। ਫਿਰ ਇੱਕ ਨਵੀਂ ਚੀਜ਼ ਆਈ ਕਿ ਜੀ ਜਿਹੜੇ ਹੁਣ ਪੰਚਾਇਤ ਚੋਣਾਂ ਆਉਣ ਵਾਲੀਆਂ, ਇੱਕ ਇਹ ਵੀ ਤਜਵੀਜ਼ ਆਈ ਕਿ ਜਿਹੜੇ ਪੰਚਾਇਤ ਚੋਣਾਂ ਦੇ ਵਿੱਚ ਜਿਹੜੇ ਵੀ ਕੈਂਡੀਡੇਟ ਪਰਚਾ ਭਰਨ ਜਾਣਗੇ, ਜੋ ਪੰਚਾਇਤ ਜੋ ਚੁਣਾਵ ਲੜਨਗੇ, ਉਹਨਾਂ ਦਾ ਡੋਪ ਟੈਸਟ ਹੋਏ। ਇਹ ਗੱਲ ਨਿਕਲ ਕੇ ਆਈ ਕਿ ਜੇ ਸਰਪੰਚ ਹੀ ਕਿਸੇ ਪਿੰਡ ਦਾ ਨਸ਼ੇੜੀ ਹੋਏਗਾ ਤਾਂ ਉਹ ਪਿੰਡ ਦੇ ਵਿੱਚ ਕੀ ਮੈਸੇਜ ਦੇਗਾ? ਇਹ ਗੱਲ ਇੱਕ ਦੇਖ, ਲੌਜੀਕਲੀ ਇਟ ਵਾਜ਼ ਨਾਈਸ ਪ੍ਰਪੋਜ਼ਲ, ਪਰ ਇਹਦਾ ਵੀ ਵਿਰੋਧ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਵੀ ਵਿਰੋਧ ਕੀਤਾ, ਉਹਦੇ 'ਚ ਵਿਰੋਧ ਇੱਕ ਇਹ ਵੀ ਕਰਕੇ ਆਇਆ ਕਿ ਇਹਦੇ ਵਿੱਚ 50% ਤੋਂ ਜ਼ਿਆਦਾ ਵੁਮੈਨ ਕੈਂਡੀਡੇਟ ਹੁੰਦੀਆਂ। ਹੁਣ ਵੁਮੈਨ ਕੈਂਡੀਡੇਟ ਨੂੰ ਅਗਰ ਤੁਸੀਂ ਡੋਪ ਟੈਸਟ ਦੇ ਚੱਕਰ 'ਚ ਪਾਓਗੇ ਤਾਂ ਨਵਾਂ ਕਲੇਸ਼ ਪਏਗਾ, ਨਵਾਂ ਪੋਲੀਟਿਕਸ ਹੋਏਗੀ ਉਹਦੇ 'ਤੇ, ਯੂ ਜਸਟ ਕਾਂਟ ਟਾਕ ਅਬਾਊਟ ਇਟ ਈਵਨ। ਅਤੇ ਇਹ ਸਭ ਚੀਜ਼ਾਂ ਹੋਈਆਂ, ਅਤੇ ਇਹ ਚੱਕਰ ਹੈ ਕਿ ਇਹਨੂੰ ਮਾਮਲੇ ਨੂੰ ਉਲਝਾਈ ਰੱਖਿਆ, ਉਲਝਾਏ ਰੱਖਿਆ ਗਿਆ, ਉਹ ਵਿੱਚ ਬਹਿਬਲ ਕਲਾਂ ਆ ਗਿਆ, ਵਿੱਚ ਰਣਜੀਤ ਸਿੰਘ ਕਮਿਸ਼ਨ ਆ ਗਈ, ਅਤੇ ਸਾਰੀਆਂ ਚੀਜ਼ਾਂ ਸਾਈਡ 'ਤੇ ਹੋ ਗਈਆਂ। ਪੰਜਾਬ ਨੂੰ ਇੱਕ ਲੈਸਨ ਸਿੱਖਣਾ ਚਾਹੀਦਾ ਹਰਿਆਣਾ ਤੋਂ। ਹਰਿਆਣਾ ਨੇ ਜਦੋਂ ਆਪਣੀਆਂ ਪੰਚਾਇਤ ਚੋਣਾਂ ਕਰਾਈਆਂ, ਇਹਨਾਂ ਨੇ ਕਿਹਾ ਜੀ ਚਲੋ ਕੁਛ ਨਹੀਂ ਹੋਏ, ਨਸ਼ੇੜੀ ਹੋਏ ਨਾ ਸਰਪੰਚ, ਜਿਹੜਾ ਵੀ ਉਹ ਬਾਅਦ ਦੀ ਗੱਲ ਹੈ ਕਿਉਂਕਿ ਉਹ ਮੈਟਰ ਸਿਰਫ ਪੰਜਾਬ ਨਾਲ ਡਿਸਕ ਕਰਦਾ। ਹਰਿਆਣਾ ਨੇ ਇੱਕ ਚੀਜ਼ ਨਵੀਂ ਤਜਵੀਜ਼ ਰੱਖੀ ਕਿ ਸਰਪੰਚ ਘੱਟ ਤੋਂ ਘੱਟ ਪੜ੍ਹਿਆ ਲਿਖਿਆ ਤਾਂ ਹੋਏ, ਮੈਟ੍ਰਿਕ ਪਾਸ। ਉਹਨਾਂ ਨੇ ਕਿਹਾ ਜੀ ਉੱਥੇ ਵੀ ਬੜਾ ਵਿਰੋਧ ਹੋਇਆ, ਪਰ ਫਿਰ ਉਹਨਾਂ ਨੇ ਫਿਰ ਵੀ ਲਾਗੂ ਕਰ ਦਿੱਤਾ ਇਹਨੂੰ, ਉਹਨਾਂ ਨੇ ਕਰ ਦਿੱਤਾ। ਸਾਡੇ ਪੰਜਾਬ ਦੇ ਵਿੱਚ ਇਹ ਚੀਜ਼ ਹੋ ਹੀ ਨਹੀਂ ਸਕਦੀ ਕਿਉਂਕਿ ਕਿਸੇ ਦੇ ਕੋਲ ਟਾਈਮ ਹੀ ਨਹੀਂ ਹੈ ਇਹਨਾਂ ਚੀਜ਼ਾਂ ਵਾਸਤੇ। ਦੇ ਵਾਂਟ ਟੂ ਰਿਫਾਈਨ ਦੀ ਪੋਲੀਟੀਕਲ। ਹੁਣ ਇਹ ਚੀਜ਼ ਬੜੀ ਅੱਛੀ ਸੀ ਕਿ ਲੋਅਰ ਲੈਵਲ ਤੋਂ ਹੀ ਤੁਹਾਡਾ ਸਾਰਾ ਰਿਫਾਈਨਡ ਹੋ ਜਾਂਦਾ ਪ੍ਰੋਸੈਸ। ਅੱਛਾ, ਇੱਕ ਦਰਸ਼ਕ ਨੇ ਸਾਨੂੰ ਜਿਵੇਂ ਦੱਸਿਆ ਸੀ ਕਿ ਨੌਲੇਜ ਹੋਣੀ ਔਰ ਐਜੂਕੇਸ਼ਨ ਹੋਣੀ, ਇਹ ਦੋਨੋਂ ਵੱਖ ਵੱਖ ਗੱਲਾਂ ਨੇ। ਨੌਲੇਜ ਤਾਂ ਚਲੋ ਪਿੰਡ ਵਾਲਿਆਂ ਨੂੰ, ਤਾਂ ਜਿਹੜੇ ਵਿਚਾਰੇ ਬਜ਼ੁਰਗ ਨੇ, ਸਰਪੰਚ ਨੇ, ਉਹਨਾਂ ਨੂੰ ਨੌਲੇਜ ਹੁੰਦੀ ਹੈ, ਆਪਣੇ ਪੁਰਾਣੇ ਬਜ਼ੁਰਗ ਨੇ, ਉਹਨਾਂ ਨੂੰ ਸਾਰਾ ਹੁੰਦਾ। ਜਿਵੇਂ ਯੂ ਟਾਕ ਅਬਾਊਟ ਪ੍ਰਕਾਸ਼ ਸਿੰਘ, ਵੈਨ ਯੂ ਟਾਕ ਅਬਾਊਟ, ਨਹੀਂ ਉਹ ਦੱਸ ਰਹੇ ਕਿ ਉਹਨਾਂ ਨੂੰ ਪਿੰਡ ਤਾਂ, ਉਹਨਾਂ ਨੂੰ ਤਾਂ ਸਾਰਾ ਕੁਝ ਪਤਾ ਹੈ ਨਾ ਪਿੰਡਾਂ ਦਾ ਹੀ। ਪੁਰਾਣੇ ਸੀਜ਼ਨਡ ਪੋਲੀਟੀਸ਼ੀਅਨਸ ਨੇ ਕਿੰਨੀ ਵਾਰੀ ਮੁੱਖ ਮੰਤਰੀ ਰਹਿ ਚੁੱਕੇ, ਤਾਂ ਉਹ ਮੇਰਾ ਮਕਸਦ ਇਹ ਸੀ ਕਿ ਹਰ ਪਿੰਡ ਦੇ ਹਰ ਸਰਪੰਚ ਨੂੰ ਬਾਈ ਨੇਮ ਬਾਈ ਫੇਸ ਪਹਿਚਾਣਦੇ ਸੀਗੇ, ਤਾਂ ਉਹਨਾਂ ਦਾ ਇੱਕ ਹੋਲਡ ਸੀਗਾ, ਉਹਨਾਂ ਦੀ ਇੱਕ ਰਿਸਪੈਕਟ ਹੈਗੀ ਹੈ। ਅੱਜ ਵੀ ਪਿੰਡਾਂ ਦੇ ਵਿੱਚ ਲੋਕ ਦੇ ਰਿਸਪੈਕਟਿਵ ਅਲੋਟ। ਪ੍ਰੋਬਲਮ ਇਹ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਇੱਕ ਰਿਫਾਈਨਡ ਕਰਨਾ, ਹੁਣ ਅਸੀਂ ਕਹਿੰਦੇ ਇੰਡੀਅਨ ਪੋਲੀਟਿਕਸ ਦੇ ਵਿੱਚ ਐਜੂਕੇਸ਼ਨ ਦੀ ਕਮੀ ਹੈ, ਸਾਡੇ ਕਈ ਵੱਡੇ MP MLA ਵੱਡੇ ਵੱਡੇ ਮੰਤਰੀ ਜਿਹੜੇ ਨੇ ਚੌਥੀ ਚੌਥੀ ਪਾਸ ਹੁੰਦੇ ਨੇ, ਕਈ ਸਾਡੇ ਪੋਲੀਟੀਸ਼ੀਅਨਸ ਨੇ ਜਿਹੜੇ ਅਪਰਾਧੀ ਬੈਕਗਰਾਉਂਡ ਨੇ, ਜੇਲ੍ਹਾਂ 'ਚ ਜਾਂਦੇ ਰਹੇ ਨੇ, ਕਈ ਤਾਂ ਜੇਲ੍ਹਾਂ 'ਚੋਂ ਚੁਣਾਵ ਲੜਦੇ ਨੇ। ਤਾਂ ਜਦੋਂ ਅਸੀਂ ਪੋਲੀਟੀਕਲ ਸਿਸਟਮ ਨੂੰ ਕਲੀਨ ਅਪ ਕਰਨ ਦੀ ਗੱਲ ਕਰਦੇ ਹਾਂ ਤਾਂ ਦੋ ਚੀਜ਼ਾਂ ਹੈ ਕਿ ਇੱਕ ਤਾਂ ਅਪਰਾਧੀ ਨਾ ਹੋਏ, ਉਹਦੀ ਕੋਈ ਕ੍ਰਿਮੀਨਲ ਬੈਕਗਰਾਉਂਡ ਨਾ ਹੋਏ, ਔਰ ਦੂਸਰਾ ਉਹ ਸ਼ਰਾਬੀ ਕਬਾਬੀ ਨਾ ਹੋਏ, ਡਰੱਗ ਐਡਿਕਟ ਨਾ ਹੋਏ, ਔਰ ਤੀਸਰੀ ਚੀਜ਼ ਇੱਕ ਪੜ੍ਹਿਆ ਲਿਖਿਆ ਹੋਏ। ਇਹ ਚੀਜ਼ਾਂ ਅਸੀਂ ਕਰਦੇ ਵੈਨ ਯੂ ਵਾਂਟ ਟੂ ਰਿਫਾਈਨਡ। ਇਸ ਚੀਜ਼ ਸਾਹਮਣੇ ਆਈ ਤਜਵੀਜ਼ ਜੋ ਹਰਿਆਣਾ ਨੇ ਵੀ ਰੱਖੀ ਕਿ ਲੋਅਰ ਲੈਵਲ ਹੈ, ਪੰਚ ਸਰਪੰਚ ਜ਼ਿਲ੍ਹਾ ਪਰਿਸ਼ਦ ਜਿਹੜੇ ਹੈਗੇ ਨੇ, ਉਹਨਾਂ ਤੋਂ ਅਗਰ ਬੰਦੇ ਪੜ੍ਹੇ ਲਿਖੇ ਆਉਣਗੇ ਤਾਂ ਸਾਡਾ ਜਿਹੜਾ ਪਿੰਡਾਂ ਦਾ ਤੰਤਰ ਮੰਤਰ ਹੈ, ਜੋ ਪਿੰਡਾਂ ਦਾ ਜੋ ਇੱਕ ਇਨਫਰਾਸਟ੍ਰਕਚਰ ਹੈ, ਉਹ ਮਜ਼ਬੂਤ ਹੋਏਗਾ। ਚਲੋ ਹੁਣ ਅਸੀਂ ਉਹ ਇੱਕ ਚੀਜ਼ ਦੇਖੀ, ਪੰਜਾਬ ਦੇ ਵਿੱਚ ਆਇਆ ਪਰ ਹੋ ਨਹੀਂ ਪਾਇਆ ਇੰਪਲੀਮੈਂਟ, ਉਲਝੇ ਰਹੇ। ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ ਹੈ, ਉਲਝੇ ਰਹੇ ਹੋਰ ਹੀ ਕੰਮਾਂ 'ਚ ਜੀ। ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਇੱਕ ਤਜਵੀਜ਼ਾਂ ਹੀ ਰੱਖੀਆਂ ਗਈਆਂ, ਤੁਸੀਂ ਇਹ ਨੋਟਿਸ ਕਰੋ, ਸਰਕਾਰੀ ਮੁਲਾਜ਼ਮਾਂ ਦਾ, ਫਿਰ ਆਇਆ ਜੀ ਪੁਲਿਸ ਅਫਸਰਾਂ ਦਾ ਹੋਏਗਾ,
ਬਣ ਵੀ ਲਾਜ਼ਮੀ ਕਰ ਵੀ ਦਿੰਦੇ ਹਨ ਕਿ ਚਲੋ ਮੈਟ੍ਰਿਕ ਪਾਸ ਹੋ ਗਿਆ, ਵਿਰੋਧ ਹੋ ਜਾਂਦਾ, ਕੋਈ ਨਾ ਕੋਈ ਤਾਂ ਵਿਰੋਧ ਹੁੰਦਾ, ਪਿੰਡਾਂ ਵਿੱਚ ਹੁੰਦਾ ਮੈਟ੍ਰਿਕ ਪਾਸ ਤੋਂ ਵੀ ਵਿਰੋਧ ਹੁੰਦਾ, ਲੋਕੀ ਹੋਰ ਕੋਈ ਨਵੀਂ ਚੱਕਰ ਪਾ ਕੇ ਬੈਠ ਜਾਂਦੇ। ਵਿਰੋਧ ਤੋਂ ਇਲਾਵਾ ਇਹ ਵੀ ਮੈਨੂੰ ਸਮਝ ਆਉਂਦਾ ਕਿੱਥੇ ਨਾ ਕਿੱਥੇ ਮੈਨੂੰ ਲੱਗਦਾ ਆਪ ਹੀ ਜਿਹੜੇ ਕੈਂਡੀਡੇਟ ਨੇ ਉਹ ਫਸੇ ਜਾਣਗੇ, ਕਿਉਂਕਿ ਜਾਲੀ ਸਰਟੀਫਿਕੇਟ ਪਹਿਲਾਂ ਹੀ ਕਈ ਵਾਰ ਸਾਡੇ ਜਿਹੜੇ ਕੈਂਡੀਡੇਟਸ ਨੇ ਉਹ ਸਾਹਮਣੇ ਲੈ ਕੇ ਆ ਚੁੱਕੇ ਹੋ ਗਿਆ। ਅੱਛਾ, ਇੱਕ ਇਹ ਵੀ ਕਿ ਰਿਜ਼ਰਵ ਸੀਟਾਂ ਹੁੰਦੀਆਂ, ਜਿਵੇਂ ਫਲਾਣੇ ਪਿੰਡ ਤੋਂ ਮਹਿਲਾ ਕੈਂਡੀਡੇਟ ਹੀ ਲੜੇਗੀ, ਹੁਣ ਕੋਈ ਬੰਦਾ ਕਹਿੰਦਾ ਯਾਰ ਮੈਂ ਚੋਣਾਂ ਲੜਨਾ ਸੀ, ਚਲੋ ਫਿਰ ਆਪਣੇ ਘਰ ਦੇ ਵਿੱਚੋਂ ਕਿਸੇ ਨੂੰ ਲੱਭਦੇ, ਕਿਸੇ ਆਪਣੀ ਬਹੂ ਨੂੰ, ਕਿਸੇ ਆਪਣੀ ਵਾਈਫ ਨੂੰ, ਇਹ ਕਿਸੇ ਨੂੰ ਫੜ ਕੇ ਫਟਾਫਟ ਲੜਵਾ ਦਿੰਦੇ ਨੇ ਚੋਣਾਂ, ਪੋਲੀਟੀਕਲ ਕੋਈ ਹੁੰਦਾ ਨਹੀਂ ਹੁੰਦਾ। ਪੰਚਾਇਤਾਂ ਦੇ ਵਿੱਚ ਨੁਕਸਾਨ ਸਭ ਤੋਂ ਜ਼ਿਆਦਾ ਇਹ ਹੁੰਦਾ ਕਿਸੇ ਵੀ ਲੇਡੀ ਨੂੰ, ਘਰ ਦੀ ਲੇਡੀ ਨੂੰ ਫੜ ਕੇ ਉਹ ਬਣਾ ਦਿੰਦੇ ਨੇ, ਪਰ ਅਲਟੀਮੇਟਲੀ ਕੰਮ ਉਹੀ ਕਰਦਾ। ਜਿਸ ਤਰ੍ਹਾਂ ਇੱਕ ਹੁਣ ਹਰਿਆਣਾ ਦੇ, ਪੰਜਾਬ ਦੇ ਵਿੱਚ ਇੱਕ ਕਿੱਸਾ ਹੋ ਗਿਆ ਸੀਗਾ ਕਿ ਸਾਡੀ ਇੱਕ ਵੁਮੈਨ ਮੰਤਰੀ ਸੀਗੀ, ਪਰ ਉਹ ਕਹਿੰਦੇ ਉਹਦਾ ਹਸਬੈਂਡ ਨਾਲ ਬੈਠਦਾ ਸੀਗਾ, ਫੈਸਲੇ ਉਹ ਲੈਂਦਾ ਸੀ, ਉਹਨੂੰ ਲੈ ਕੇ ਵਿਰੋਧ ਵੀ ਹੋਇਆ, ਜਿਹੜੇ ਐਜੂਕੇਸ਼ਨ ਮਿਨਿਸਟਰ ਸੀਗੀ ਉਹਦਾ ਕਿ ਹਸਬੈਂਡ ਵੀ ਨਾਲ ਕੁਰਸੀ ਦੇ ਨਾਲ ਬੈਠਣ ਲੱਗ ਗਏ, ਅਤੇ ਉਹ ਹਸਬੈਂਡ ਵਾਈਫ ਵਾਲਾ ਸੀ ਕਿ ਪੰਚ, ਅਗਰ ਮਹਿਲਾ, ਅਗਰ ਲੇਡੀ ਵਾਈਫ ਬਣ ਗਈ ਸਰਪੰਚ, ਪਰ ਜੋ ਫੈਸਲੇ ਹੋਣਗੇ ਜੋ ਪਿੰਡ ਦੇ ਕੰਮ ਕਰੇਗਾ ਉਹ ਹਸਬੈਂਡ ਹੀ ਕਰੇਗਾ, ਅਤੇ ਉਹ ਇੱਕ ਸਾਡਾ ਮੇਲ ਡੋਮੀਨੈਂਟ ਸੋਸਾਇਟੀ ਆ, ਉਹ ਡਿਫਰੈਂਟ ਕਰੈਕਟ ਕਰੈਕਟ ਵੀ ਹੈਵ ਕਾਲਰਸ, ਲੈਟਸ ਸੀ ਵਾਟ ਦੇ ਵਾਂਟ ਟੂ ਸੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਜੀ, ਬਹੁਤ ਬਹੁਤ ਧੰਨਵਾਦ ਸੁਰਿੰਦਰ ਸਿੰਘ ਜੀ। ਤੇ ਹੁਣ ਵਿਚਾਰ ਇਸ ਬਾਰੇ ਵੀ ਹੋ ਰਿਹਾ ਸੀਗਾ ਕਿ ਜਿਵੇਂ ਸੁਰਿੰਦਰ ਸਿੰਘ ਜੀ ਨੇ ਇੱਕ ਬੜੀ ਵਧੀਆ ਗੱਲ ਇੱਥੇ ਕਹੀ ਕਿ ਪ੍ਰੋਪਰਟੀ ਵੀ ਜਿਹੜੀ ਆ ਉਹ ਵੀ ਵੇਖਣੀ ਚਾਹੀਦੀ ਕਿ ਆਖਿਰਕਾਰ ਕਿੰਨੀ ਪ੍ਰੋਪਰਟੀ ਦਾ ਮਾਲਕ ਹੈ, ਲੇਕਿਨ ਉਹ ਹੁੰਦਾ ਹੀ ਹੈ, ਉਹ ਤਾਂ ਐਂਡ ਆਫ ਦ ਡੇ ਉਹਨਾਂ ਨੂੰ ਆਪਣੀ ਪ੍ਰੋਪਰਟੀ ਜਮ੍ਹਾਂ ਕਰਾਉਣੀ ਪੈਂਦੀ ਹੈ, ਜੋ ਉਹਨਾਂ ਨੂੰ ਡਿਟੇਲ ਦੇਣੀ ਪੈਂਦੀ ਹੈ। ਜੀ ਜੀ, ਡਿਟੇਲ ਦੇਣੀ ਪੈਂਦੀ ਹੈ। ਅੱਛਾ ਜੀ, ਹੁਣ ਆਪਾਂ ਇੱਕ ਗੱਲ ਇੱਥੇ ਸਾਹਮਣੇ ਸਮਝ ਆਉਂਦੀ ਹੈ ਕਿ ਹੁਣ ਆਪਾਂ ਇਹਨਾਂ ਸਿਆਸੀ ਪਾਰਟੀਆਂ ਦੀ ਗੱਲ ਕਰਦੇ ਹਾਂ, ਜਿਵੇਂ ਆਪਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਮਤਭੇਦਾਂ ਕਾਰਨ ਜਿਹੜੇ ਇਹਨਾਂ ਦੇ ਆਗੂਆਂ ਦੇ ਵਿੱਚ ਚੱਲ ਰਹੇ ਹਨ, ਉਸ ਕਾਰਨ ਇਹਨਾਂ ਨੂੰ ਨੁਕਸਾਨ ਹੋ ਸਕਦਾ। ਸ਼੍ਰੋਮਣੀ ਅਕਾਲੀ ਦਲ ਦਾ ਹੋਲਡ ਸੀਗਾ ਕਿਉਂਕਿ 10 ਸਾਲ ਉਹਨਾਂ ਨੇ ਪਹਿਲਾਂ ਵੀ ਰਾਜ ਕੀਤਾ, ਹੁਣ ਵੀ ਉਹਨਾਂ ਦੇ ਕਈ ਸਰਪੰਚ, ਕਈ ਉਹਨਾਂ ਦੇ ਜ਼ਿਲ੍ਹਾ ਪਰਿਸ਼ਦ ਜਿਹੜੇ ਨੇ ਹੋਂਦ ਦੇ ਵਿੱਚ ਹੈਗੇ ਨੇ। ਕਾਂਗਰਸ ਅਗਰ ਜਿੱਤ ਕੇ ਸਾਹਮਣੇ ਆਉਂਦੀ ਹੈ, ਅਗਰ ਕਾਂਗਰਸ ਜਿੱਤਦੀ ਹੈ, ਤਾਂ ਤੁਹਾਨੂੰ ਕੀ ਲੱਗਦਾ ਕਿ ਕੀ ਰੋਡ ਮੈਪ ਜਿਹੜਾ ਕਾਂਗਰਸ ਨੇ ਤਿਆਰ ਕੀਤਾ ਹੋਏਗਾ, ਔਰ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਲੋਕ ਸਭਾ ਚੋਣਾਂ ਵੀ ਆ ਰਹੀਆਂ ਹਨ, ਕਿਉਂਕਿ ਹੁਣ 2-1 ਤਾਂ ਖੁੱਲ੍ਹ ਗਏ ਕੈਪਟਨ ਅਮਰਿੰਦਰ ਸਿੰਘ ਦੇ, 3-1 ਦੀ ਹੁਣ ਇਹ ਉਮੀਦ ਹੈਗੀ ਹੈ, 4-1 ਚਲੋ ਤਾਜ ਦੇ ਵਿੱਚ ਹੁੰਦਾ ਨਹੀਂ, ਤਾਂ ਲੋਕ ਸਭਾ ਚੋਣਾਂ ਦੇ ਵਿੱਚ ਉਹ ਵੀ ਵੇਖਣ ਨੂੰ ਮਿਲ ਜਾਂਦਾ। ਅਗਰ ਜਸਟ ਇਟ ਇਜ਼ ਐਨਾਲਿਸਿਸ, ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ, ਆਪਾਂ ਐਨਾਲਿਸ ਕਰ ਰਹੇ ਹਾਂ ਇਸ ਗੱਲ ਨੂੰ ਕਿ ਅਗਰ MLA ਵੀ ਇਹਨਾਂ ਦੇ, ਮਿਊਂਸੀਪਲ ਕਾਰਪੋਰੇਟਰ ਵੀ ਇਹਨਾਂ ਦੇ, ਪੰਚਾਇਤ ਚੋਣਾਂ ਤਾਂ ਹਜੇ ਹੋਣੀ ਹੈ ਖੈਰ, ਅਤੇ ਆਉਣ ਵਾਲਾ ਸਮਾਂ ਬਤਾਏਗਾ, ਜਿਹੜਾ ਲੋਕ ਸਭਾ ਚੋਣ ਹੈ ਉਹ ਵੀ ਆਉਣ ਵਾਲਾ ਸਮਾਂ ਬਤਾਏਗਾ, ਜੇਕਰ ਅਸੀਂ ਮੰਨ ਲਈਏ ਕਿ ਅਗਰ ਹੋ ਗਿਆ, ਤਾਂ ਤੁਹਾਨੂੰ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਕੋਈ ਹੋਰ ਹੁਣ ਇਸ ਤੋਂ ਵੱਡਾ ਮਾਸਟਰ ਸਟ੍ਰੋਕ ਨਹੀਂ ਹੋ ਸਕਦਾ, ਅਗਰ ਪੰਜਾਬ ਦੇ ਲਈ ਉਹ ਵਾਕਈ ਫਿਕਰਮੰਦ ਹੁਣ ਵਚਨਬੰਦ ਹਨ? ਦੇਖੋ, ਐਵੇਂ ਕਿ ਪੰਚਾਇਤ ਚੋਣਾਂ ਡਿਫਰੈਂਟ ਹੈਗੇ ਆ, ਪਰ ਪੰਚਾਇਤ ਚੋਣਾਂ 'ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ, ਸੱਤਾਰੂੜ ਪਾਰਟੀ ਹੈ, ਉਹੀ ਨੋਰਮਲੀ ਦੇਖਦੇ ਆਏ ਕਿ ਟ੍ਰੈਂਡ ਹੁੰਦਾ ਕਿ ਉਹਦੇ ਹੀ ਕੈਂਡੀਡੇਟ ਜਿੱਤਦੇ ਨੇ, ਔਰ ਇਸ ਵਾਸਤੇ ਵੀ ਜਿੱਤਦੇ ਨੇ ਕਿ ਇੱਕ ਫਲੋ ਆਫ ਪਾਵਰ ਬਣ ਜਾਂਦਾ। ਕਰੈਕਟ, ਜੇ ਉਹਨਾਂ ਦੀ ਪਾਰਟੀ ਦਾ ਹੀ ਸਰਪੰਚ ਹੋਏਗਾ ਤਾਂ ਪਿੰਡ ਦੇ ਵਿੱਚ ਇਮਦਾਦ ਵੀ ਦੇ ਦੇਣਗੇ, ਕੈਸ਼ ਵੀ ਚਲਾ ਜਾਏਗਾ, ਜੋ ਸਰਕਾਰੀ ਯੋਜਨਾਵਾਂ ਦਾ ਪੈਸਾ ਉਹ ਸਰਪੰਚਾਂ ਤੱਕ ਜਾਏਗਾ, ਜਿਸ ਤਰ੍ਹਾਂ DC ਸਾਰੇ ਚੈੱਕ ਦਿੰਦੇ ਨੇ, ਬਾਕੀ ਵੀ ਜੋ ਵੀ ਹੁੰਦਾ, ਉਹ ਇੱਕ ਟ੍ਰੈਂਡ ਹੈ। ਉਹ ਪਿੰਡ ਵਾਲੇ ਵੀ ਇਹ ਪ੍ਰੈਫਰ ਕਰਦੇ ਨੇ ਕਿ ਚਲੋ ਪਾਰਟੀ ਦੇ ਨਾਲ ਜੁੜਿਆ ਬੰਦਾ ਹੀ ਰੱਖੀਏ, ਵੀ ਜਿਹੜੀ ਪੁਰਾਣੀ ਪਾਰਟੀ ਹੈ ਉਹ ਚਲੀ ਗਈ ਪਾਵਰ ਤੋਂ ਬਾਅਦ, ਅਤੇ ਉਹਦੇ ਜਥੇਦਾਰ ਨੂੰ ਜਿਤਾਤਾ ਜਾਂ ਉਹਦੇ ਕੈਂਡੀਡੇਟ ਨੂੰ ਜਿਤਾਤਾ, ਅਤੇ ਸਾਨੂੰ ਅੱਗੇ ਉਹਨੇ ਕਹਿਣਾ ਜੀ ਮੈਂ ਤਾਂ ਬਣ ਗਿਆ ਸਰਪੰਚ, ਅੱਗੋਂ ਸਰਕਾਰੀ ਚੰਡੀਗੜ੍ਹ ਵਾਲੇ ਮੈਨੂੰ ਕੁਛ ਨਹੀਂ ਦਿੰਦੇ ਤਾਂ ਮੈਂ ਕੀ ਕਰਾਂ। ਦਿਸ ਲੌਜਿਕ ਵਿਲ ਕਮ ਅਪ। ਲੋਕ ਸਭਾ ਇਲੈਕਸ਼ਨ ਦੇ ਵਿੱਚ ਕੀ ਹੈ ਕਿ ਲੋਕ ਸਭਾ ਇਲੈਕਸ਼ਨ ਵੱਡੇ ਪੈਮਾਨੇ 'ਤੇ ਲੜੇ ਜਾਣਗੇ, ਉਹਨਾਂ ਦੇ ਇਸ਼ੂ ਨੈਸ਼ਨਲ ਹੋਣਗੇ, ਮੋਦੀ ਸਰਕਾਰ ਹੋਏਗੀ, ਮੋਦੀ ਸਰਕਾਰ ਦੀਆਂ ਨਾਕਾਮੀਆਂ, ਮੋਦੀ ਸਰਕਾਰ ਦੀਆਂ ਕਾਮਯਾਬੀਆਂ, ਇਹਨਾਂ ਨੂੰ ਅੱਗੇ ਰੱਖ ਕੇ ਚੋਣਾਂ ਲੜੇ ਜਾਣਗੇ, ਰਾਹੁਲ ਗਾਂਧੀ ਨੂੰ ਅੱਗੇ ਰੱਖ ਕੇ ਲਿਆ ਜਾਏਗਾ, ਤਾਂ ਉਹ ਇਸ਼ੂ ਅਲੱਗ ਹੋਣਗੇ। ਬਟ ਐਵੇਂ ਕਿ ਕਾਂਗਰਸ ਦੇ ਕੋਲ ਨਹੀਂ ਕਹੇਗਾ ਕਿ ਇੱਕ ਲੋਅਰ ਸਟ੍ਰੈਟਜੀ, ਜਿਹੜਾ ਲੋਅਰ ਲੈਵਲ ਹੋ ਗਿਆ ਪਾਵਰ ਦਾ, ਉਹਨੂੰ ਕੈਪਚਰ ਕਰਨ ਦਾ, ਉੱਥੇ ਆਪਣਾ ਡੋਮੀਨੈਂਸ ਬਣਾਉਣ ਦਾ ਇੱਕ ਬੜਾ ਅੱਛਾ ਮੌਕਾ ਹੈਗਾ, ਵਿਚ ਆਈ ਥਿੰਕ ਦੇ ਆਰ ਗੋਇੰਗ ਟੂ ਯੂਜ਼ ਇਟ। ਇਟਸ ਅ ਪੋਲੀਟੀਕਲ ਮਾਈਲੇਜ, ਜਿਸ ਤਰ੍ਹਾਂ ਅਸੀਂ ਵਾਰ ਵਾਰ ਕਹਿ ਰਹੇ ਹਾਂ ਕਿ ਆਪੋਜੀਸ਼ਨ ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ ਦੂਜੇ ਆਪਣੇ ਕ੍ਰਾਈਸਿਸ 'ਚ ਉਲਝ ਰਿਹਾ, ਠੀਕ ਹੈ, ਮੈਂ ਮੰਨਦਾ ਕਿ ਉਹਨਾਂ ਦਾ ਰੂਰਲ ਆਪਣਾ ਬਹੁਤ ਅੱਛੀ ਡੋਮੀਨੈਂਸ ਹੈ, ਉਹਨਾਂ ਦਾ ਬਹੁਤ ਦਖਲ ਬੜਾ ਅੱਛਾ ਹੈ, ਉਹ ਵਿਲੇਜ ਲੈਵਲ ਦੇ ਵਿੱਚ ਪਾਰਟੀ ਦਾ ਪ੍ਰਭਾਵ ਬੜਾ ਹੈ, ਉਹ ਉਹਨਾਂ ਦੇ ਵੀ ਕੈਂਡੀਡੇਟ ਅੱਛਾ ਰਿਜ਼ਲਟ ਦਿਖਾ ਸਕਦੇ ਨੇ। ਤੀਸਰੀ ਬੈਠਗੀ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਦਾ ਜੋ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਦਾ ਸ਼ਹਿਰਾਂ ਦੇ ਵਿੱਚ ਹੀ ਬੁਰਾ ਹਾਲ ਸੀ, ਆਪਸੀ ਲੜਾਈ ਝਗੜੇ 'ਚ ਹੈ, ਫਿਲਹਾਲ
ਨਾਲ ਉਹਨਾਂ ਨੇ ਇੱਕ ਹੋਰ ਗਲਤੀ ਕਰਤੀ, ਸਾਰੀ ਆਪਣਾ ਕੈਡਰ ਹੀ ਚੇਂਜ ਕਰਤੇ, ਨਵੇਂ ਬੰਦੇ ਲਿਆ ਕੇ ਰੱਖਤੇ। ਉਹ ਹੁਣ ਹਰ ਪਿੰਡ ਦੇ ਵਿੱਚ ਜਾ ਕੇ ਕਿੱਦਾਂ ਕਨਵਿੰਸ ਕਰਨਗੇ ਕਿ ਜੀ ਸਾਡਾ ਸਰਪੰਚ ਜਿਤਾ ਦਿਓ ਆਮ ਆਦਮੀ ਪਾਰਟੀ ਦਾ। ਉਹਨਾਂ ਨੇ ਕਹਿਣਾ ਤੁਹਾਡੇ ਪੱਲੇ ਹਾਲੇ ਕੀ ਹੈਗਾ, ਲੈਟਸ ਆਈ ਐਮ ਟਾਕਿੰਗ ਦੇਸੀ ਲੈਂਗੁਏਜ, ਕਿ ਉਹ ਇੱਦਾਂ ਹੀ ਗੱਲ ਕਰਦੇ ਲੋਕ ਉੱਥੇ, ਕਿਉਂਕਿ ਉਹ ਆਪਣੇ ਲੜਾਈ ਝਗੜੇ 'ਚ ਪਏ ਹੋਏ ਨੇ। ਹੁਣ ਖਹਿਰਾ ਦਾ ਰੁੱਖ ਕੀ ਰਹੇਗਾ ਪੰਚਾਇਤ ਚੋਣਾਂ ਨੂੰ ਲੈ ਕੇ, ਫਲਾਣੇ ਦਾ ਕੀ ਰਹੇਗਾ, ਇਹ ਆਪਣੇ ਝਗੜੇ 'ਤੇ ਨਿਪਟਾ ਲੈਣ, ਉਸ ਤੋਂ ਬਾਅਦ ਹੀ ਥੱਲੇ ਜਾ ਕੇ ਗੱਲ ਕਰਨਗੇ ਨਾ ਪਿੰਡਾਂ ਦੇ ਵਿੱਚ। ਕਰੈਕਟ ਕਰੈਕਟ। ਮੇਰੇ ਕਾਲਰ ਜੁੜੇ ਹੋਏ ਨੇ, ਉਹਨਾਂ ਦੀ ਵੀ ਪ੍ਰਤੀਕਰਮ ਆਪਾਂ ਜਾਣ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਹਰਭਜਨ ਸਿੰਘ। ਸਤਿ ਸ਼੍ਰੀ ਅਕਾਲ ਹਰਭਜਨ ਸਿੰਘ ਜੀ, ਸਤਿ ਸ਼੍ਰੀ ਅਕਾਲ। ਐਂਡ ਸਤਿ ਸ਼੍ਰੀ ਅਕਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ ਹਰਭਜਨ ਸਿੰਘ ਜੀ? ਹਰਗੇ ਸਿੰਘ, ਇਹ ਕੋਈ ਸ਼ੱਕ ਨਹੀਂ ਕਿ ਅਕਾਲੀਆਂ ਦਾ ਬੇਸ ਪਿੰਡਾਂ 'ਚ ਫਿਰ ਵੀ ਕਾਫੀ ਸਟਰੋਂਗ ਹੈ ਜੀ, ਕਿਉਂਕਿ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਕਿ ਅਸੀਂ ਤੇ ਪਿੰਡਾਂ ਦੇ ਲੋਕ ਹੈ ਜੀ, ਔਰ ਪਿੰਡਾਂ ਦੇ ਵਿੱਚ ਜਿੰਨੀ ਵੀ ਮਤਲਬ ਜੇ ਜਾਤ ਬਰਾਦਰੀ ਵੱਲ ਜਾਈਏ ਜੀ, ਤੇ ਜੱਟ ਬਰਾਦਰੀ ਹਾਲੇ ਵੀ ਕਾਫੀ ਇਨਕਲਾਈਨਡ ਹੈ ਅਕਾਲੀਆਂ ਦੇ ਨਾਲ, ਜਿਹਨੂੰ ਕਾਫੀ ਸਟਰੋਂਗ ਬੇਸ ਹੈ ਉਹਨਾਂ ਦਾ, ਔਰ ਇਹ ਕਾਫੀ ਮਤਲਬ ਰਿਚ ਕਮਿਊਨਿਟੀ ਵੀ ਇਹੀ ਹੈ ਪੰਜਾਬ ਦੇ ਵਿੱਚ, ਚਾਹੇ ਕੋਈ ਮੰਨੇ ਚਾਹੇ ਨਾ ਮੰਨੇ। ਹਲੇ ਸੋ ਇਹਨਾਂ ਕੋਲ ਮਤਲਬ ਇਹ ਮਸਲ ਹੈਗਾ, ਮਤਲਬ ਅਕਾਲੀਆਂ ਦੇ ਕੋਲ ਇਕਨੋਮਿਕ ਦਾ ਮਸਲ ਵੀ ਹੈਗਾ ਤੇ ਫਿਜ਼ੀਕਲ ਮਸਲ ਵੀ ਹੈਗਾ ਪਿੰਡਾਂ ਵਿੱਚ। ਦੂਸਰੀ ਗੱਲ ਹੈ ਜਿਹੜੀ ਇਸ ਵੇਲੇ ਅਕਾਲੀ ਪਾਰਟੀ ਜਿਸ ਪੀਰੀਅਡ ਦੇ ਥਰੂ ਜਾ ਰਹੀ ਹੈਗੀ ਆ, ਡਿਫੀਕਲਟ ਟਾਈਮ ਦੇ ਵਿੱਚ ਜਾ ਰਹੀ ਆ, ਇਹਦਾ ਬਹੁਤ ਅਸਰ ਪਏਗਾ ਤੇ ਦੂਸਰੀ ਗੱਲ ਇਹ ਵੀ ਹਲੇ ਪੰਜਾਬ ਦੀ ਹਾਲਤ ਹੀ ਜੋ ਅਸੀਂ ਨਿਊਜ਼ ਦੇਖਦੇ ਹਾਂ ਤੇ ਹਲੇ ਹਾਲਤ ਹੀ ਬੜੀ ਵੋਲੇਟਾਈਲ ਹੈਗੀ ਹੈ, ਪਤਾ ਨੀ ਕਿਹੜੇ ਪਾਸੇ ਨੂੰ ਮਿਲ ਜਾਵੇ। ਕਰੈਕਟ। ਉਮੀਦ ਹੈ ਕਿ ਜਿਹਨਾਂ ਦਾ ਡਸਟ ਸੈਟਲ ਡਾਊਨ ਹੋਣ। ਦੂਸਰੀ ਗੱਲ ਕਾਂਗਰਸ ਪਾਰਟੀ ਆ, ਕਾਂਗਰਸ ਪਾਰਟੀ ਦਾ ਇਸ ਵੇਲੇ ਇਮੇਜ ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜੇ ਕੁਛ ਲੋਕ ਹੈ ਨਾ ਉਹਨਾਂ ਦੀ ਇਮੇਜ ਬਹੁਤ ਅੱਛੀ ਹੈਗੀ ਆ, ਖਾਸ ਕਰ ਸਿੱਧੂ ਸਾਹਿਬ ਤੇ ਦੂਸਰੇ ਗੱਲ ਨਾਲ ਜਿਹੜਾ ਮੈਂਬਰ ਪਾਰਲੀਮੈਂਟ ਹੈ ਉਹਦੀ ਇਮੇਜ ਕਾਫੀ ਅੱਛੀ ਆ। ਕੈਪਟਨ ਸਾਹਿਬ ਵੀ ਇਜ਼ ਵੈਰੀ ਰਿਸਪੈਕਟਡ ਪਰਸਨ ਤੇ ਦੂਸਰਾ ਮਨਪ੍ਰੀਤ ਸਿੰਘ ਬਾਦਲ ਵੀ ਕਾਫੀ ਰਿਸਪੈਕਟਡ ਹੈ ਪਿੰਡਾਂ ਵਿੱਚ। ਦੂਸਰੀ ਗੱਲ ਇਹਦੇ ਫੇਸਿਸ ਆ ਨਾ, ਇਹ ਪਬਲਿਕ ਨੂੰ ਨੋਨ ਆ, ਇਹਦਾ ਬਹੁਤ ਅਸਰ ਪੈਂਦਾ ਹੈਗਾ। ਤੇ ਦੂਸਰੀ ਗੱਲ ਹੈ ਜਿਹੜਾ ਤੁਸੀਂ ਕਹਿੰਦੇ ਕਿ ਕੀ ਸਟੈਂਡਰਡ ਹੋਣਾ ਚਾਹੀਦਾ ਇੱਕ ਕੈਂਡੀਡੇਟ ਦਾ ਜੀ, ਦੇਖੋ ਮੈਂ ਇੱਕ ਗੱਲ ਇਹ ਵੀ ਇੱਕ ਮੰਨਦਾ ਚੀਜ਼ ਕਿ ਮਤਲਬ ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਕਿ ਬਈ ਡਿਗਰੀ ਹੋਣਾ ਕੋਈ ਐਜੂਕੇਸ਼ਨ ਨਹੀਂ ਹੈਗੀ, ਤੁਹਾਨੂੰ ਆਮ ਗਿਆਨ ਹੋਣਾ ਚਾਹੀਦਾ ਜੀ। ਪਰ ਗੱਲ ਇਹ ਆ ਵਿੱਚੋਂ ਇੱਕ ਗੱਲ ਇਹ ਵੀ ਗੱਲ ਮੰਨਦੇ ਆ ਮੰਨਿਆ ਹੈਗਾ, ਪਰ ਫਿਰ ਵੀ ਨਾ ਬੇਸਿਕ ਐਜੂਕੇਸ਼ਨ ਜਿਹੜੀ ਆ ਇੱਕ ਮਤਲਬ ਸਰਪੰਚ ਕੋਲ ਜ਼ਰੂਰ ਹੋਣੀ ਚਾਹੀਦੀ ਆ, ਤਾਂ ਕਿ ਉਹ ਪੇਪਰ ਵਗੈਰਾ ਸਮਝ ਸਕੇ, ਜਿੱਥੇ ਸਾਈਨ ਕਰਨੇ ਉਹਨਾਂ ਨੂੰ ਸਮਝ ਆ ਸਕੇ ਆ, ਤੇ ਪੇਪਰ ਦੇ ਹੱਥ ਮੂਹਰੇ ਕਰਦਾ ਤੁਹਾਨੂੰ ਸਾਈਨ ਕਰਦੇ ਮਾਰੋ ਪਤਾ ਨਹੀਂ ਹੈਗਾ, ਯਾਨੀ ਇਹ ਸਾਰੀਆਂ ਚੀਜ਼ਾਂ ਹੈਗੀਆਂ, ਤਾਂ ਕਿ ਉਹ ਆਪਣੇ ਚੁਗਿਰਦੇ ਨੂੰ ਚੰਗੀ ਤਰ੍ਹਾਂ ਸਮਝ ਸਕੇ, ਤੁਸੀਂ ਕਹਿੰਦਾ ਉਸ ਆਪਣੀ ਜ਼ਿੰਮੇਵਾਰੀ ਨੂੰ ਸਮਝ ਸਕੇ, ਕਿਉਂਕਿ ਦੇਖੋ ਅੱਜ ਲੋੜ ਆ ਪੜ੍ਹੇ ਲਿਖੇ ਲੋਕਾਂ ਦੀ, ਚੰਗੀ ਸੋਚ ਦੇ ਲੋਕਾਂ ਦੀ, ਸੈਕੂਲਰ ਸੋਚ ਦੇ ਲੋਕਾਂ ਦੀ, ਅੱਜ ਧਰਮ ਤੋਂ ਵੀ ਉੱਠਣ ਦੀ ਲੋੜ ਆ। ਹਰ ਇਨਸਾਨ ਨੂੰ ਆਪਣਾ ਧਰਮ ਪਿਆਰਾ ਜਿੱਦਾਂ ਮਰਜ਼ੀ ਮੰਨੇ, ਕੋਈ ਇਤਰਾਜ਼ ਨਹੀਂ, ਲੇਕਿਨ ਅੱਜ ਵਕਤ ਇਹ ਹੈਗਾ ਵੀ ਅਸੀਂ ਇਸ ਪਹਿਲੂ ਤੋਂ ਉੱਤੇ ਉੱਠੀਏ, ਤਦ ਹੀ ਅਸੀਂ ਅੱਗੇ ਜਾ ਸਕਦੇ ਹਾਂ। ਮੈਂ ਇਹੀ ਕਹਿਣਾ ਹੈਗਾ ਕਿ ਬਈ ਦੂਸਰੇ ਦਿਨ ਡੋਪ ਟੈਸਟ ਹੈ ਨਾ, ਇਹ ਪੋਸੀਬਲ ਨਹੀਂ ਹੈਗਾ। ਡੋਪ ਟੈਸਟ ਤੁਸੀਂ ਜਿਹੜੇ ਗੌਰਮੈਂਟ ਦੇ ਇੰਪਲੋਈਜ਼ ਆ ਉਹ ਗੌਰਮੈਂਟ ਉਹਨਾਂ ਦੇ ਲਾ ਸਕਦੀ ਆ, ਪਰ ਪੋਲੀਟੀਸ਼ੀਅਨ ਦੇ ਜਾਂ ਆਮ ਲੋਕਾਂ ਦੇ ਤੁਸੀਂ ਡੋਪ ਟੈਸਟ ਨਹੀਂ ਲਾ ਸਕਦੇ। ਆਹ ਜਿਹੜਾ ਸਟੈਂਡਰਡ ਹੈ ਐਜੂਕੇਸ਼ਨ ਦਾ, ਉਹ ਗੌਰਮੈਂਟ ਕਹਿ ਸਕਦੀ ਆ ਵੀ ਪੰਚਾਇਤ ਦਾ ਜਾਂ ਬਾਕੀ ਜਿਹੜੇ ਪੋਲੀਟੀਸ਼ੀਅਨ ਜਾਂ ਪਬਲਿਕ ਦੇ ਲੋਕ ਆ ਉਹਨਾਂ ਦਾ ਘੱਟੋ ਘੱਟ ਐਜੂਕੇਸ਼ਨ ਸਟੈਂਡਰਡ ਇੰਨਾ ਹੋਣਾ ਚਾਹੀਦਾ ਹੈਗਾ, ਇਹ ਪੋਸੀਬਲ ਹੈਗਾ, ਉਹ ਬੈਨੀਫਿਸ਼ੀਅਲ ਵੀ ਹੋਏਗਾ ਐਨ ਦ ਐਂਡ। ਤੇ ਬਾਕੀ ਮੈਂ ਲੋਕਾਂ ਨੂੰ ਜਿਹੜੀ ਮਤਲਬ ਮੈਂ ਸਲਾਹ ਦੇਣਾ ਚਾਹੁੰਦਾ, ਜਿਹੜੀ ਦੇਖੋ ਇਹ ਰੋਜ਼ ਅਸੀਂ ਰੌਲਾ ਪਾਉਂਦੇ ਹਾਂ ਵੀ ਆਹ ਗੌਰਮੈਂਟ ਵਾਲੀ ਆ, ਆਹ ਖਾ ਗਿਆ ਜੇ ਖਾ ਗਿਆ, ਅੱਜ ਵਕਤ ਹੈਗਾ ਜਦੋਂ ਇਲੈਕਸ਼ਨ ਹੈਗੀ ਆ ਤਾਂ ਇਹਨੂੰ ਸੋਚੋ, ਅੱਛਾ ਫੈਸਲਾ ਕਰੋ, ਇਹ ਤੁਹਾਡਾ ਫਿਊਚਰ ਆ, ਇਹ ਬੇਸ ਆ ਤੁਹਾਡਾ, ਤਾਂ ਕਿ ਮਗਰੋਂ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ। ਮੈਨੂੰ ਮੁਲਫਤ ਬਾਜਵਾ ਦੀਆਂ ਕਿੰਨਾ ਸ਼ਰਮਾ ਸਾਹਿਬ ਤੁਸੀਂ ਕਹਿੰਦਾ ਮੁਲਫਤ ਬਾਜਵਾ ਦੀਆਂ ਦੋ ਲਾਈਨਾਂ ਜੇ ਇੱਥੇ ਆ ਰਹੀਆਂ, ਜੇ ਅਸੀਂ ਜੇ ਸਿਰ ਤਲੀ ਤੇ ਰੱਖਦੇ ਤੇ ਇਨਕਲਾਬ ਆਉਂਦਾ, ਅਸੀਂ ਤੇ ਸਿਰ ਪੈਰਾਂ 'ਚ ਰੱਖਦੇ, ਇਹਨਾਂ ਲੋਕਾਂ ਨੂੰ ਕੀ ਕਹੀਏ। ਸੋ ਹੁਣ ਵਕਤ ਆ ਬੰਦਾ ਸੋਚਣ ਦਾ, ਸਮਝਣ ਦਾ, ਫਿਰ ਬਾਅਦ ਵਿੱਚ ਲੋਕਾਂ ਨੂੰ ਉਹਨਾਂ ਨੂੰ ਕਹਿਣਾ ਕਿ ਆਹ ਖਾ ਗਿਆ, ਆਹ ਮਾੜਿਆ, ਇਲੈਕਸ਼ਨ ਆ ਤੇ ਉਸ ਇਲੈਕਸ਼ਨ ਦੇ ਟਾਈਮ ਤੇ ਇੱਕ ਸ਼ਰਾਬ ਦੀ ਬੋਤਲ ਦੇ ਨਾ ਵਿਖ ਜਾਓ, ਮਤਲਬ ਇੱਕ 100 ਰੁਪਏ ਤਾਂ ਨਾ ਵਿਖ ਜਾਓ, ਆਪਣੀ ਵੋਟ ਦਾ ਹੱਕ ਸਮਝੋ, ਇਹਦੀ ਵੈਲਿਊ ਸਮਝੋ, ਤੁਸੀਂ ਇਸ ਮੁਲਕ ਨੂੰ ਸੁਧਾਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਹਰਭਜਨ ਸਿੰਘ ਜੀ ਆਪਣੀ ਗੱਲ ਰੱਖਣ ਦੇ ਲਈ। ਤਾਂ ਵੱਖ ਵੱਖ ਜਿਹੜੇ ਪ੍ਰਤੀਕਿਰਿਆ ਤੁਸੀਂ ਵੇਖ ਸਕਦੇ ਹੋ ਸਾਹਮਣੇ ਆ ਰਹੀਆਂ ਹਨ, ਅਤੇ ਬੇਸਿਕ ਐਜੂਕੇਸ਼ਨ ਸਾਡੇ ਵਿਊਅਰਸ ਪਹਿਲਾਂ ਵੀ ਦਰਖਾਸਤ ਕਰ ਚੁੱਕੇ ਹਨ ਕਿ ਬੇਸਿਕ ਐਜੂਕੇਸ਼ਨ ਜਿਹੜੀ ਆ ਹੋਣੀ ਬਹੁਤ ਲਾਜ਼ਮੀ ਆ। ਮੈਂ ਦਰਸ਼ਕਾਂ ਨੂੰ ਇੱਥੇ ਇੱਕ ਗੱਲ ਹੋਰ ਵੀ ਦੱਸ ਦੇਵਾਂ, ਇੱਥੇ ਆਪਾਂ ਛੋਟੀ ਜਿਹੀ ਗੱਲ ਸਾਹਮਣੇ ਦਰਸ਼ਕਾਂ ਨੂੰ ਜ਼ਰੂਰ ਰੱਖਣਾ ਚਾਹੁੰਦੇ ਸੀਗੇ ਕਿ ਇਹਨਾਂ ਪੰਚਾਇਤੀ ਚੋਣਾਂ ਦੀ ਤੁਸੀਂ ਟਾਈਮਿੰਗਸ ਵੇਖੋ,
ਵਿਧਾਨਸਭਾ ਦਾ ਇਜਲਾਸ ਹੁੰਦਾ, ਇਜਲਾਸ ਤੋਂ ਬਾਅਦ ਕਿੱਥੇ ਨਾ ਕਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀ ਹੈ ਉਹ ਘਿਰਦੀ ਹੋਈ ਨਜ਼ਰ ਆਉਂਦੀ ਹੈ ਇਜਲਾਸ ਦੇ ਵਿੱਚ। ਉਸ ਤੋਂ ਬਾਅਦ ਰੋਸ ਜਿਹੜਾ ਉਹ ਵਿਖਣ ਨੂੰ ਮਿਲਦਾ ਬੇਅਦਬੀ ਮਾਮਲੇ ਨੂੰ ਲੈ ਕੇ, ਬਹਿਬਲ ਕਲਾ ਗੋਲੀਕਾਂਡ ਨੂੰ ਲੈ ਕੇ। ਉਸ ਤੋਂ ਬਾਅਦ ਬੈਕ ਫੁੱਟ ਅਸੀਂ ਕਹੀਏ ਉਹਨੂੰ, ਬਹੁਤ ਪਿੱਛੇ ਆ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ। ਹੁਣ ਜੇਕਰ ਅਸੀਂ ਜ਼ਮੀਨੀ ਪੱਧਰ 'ਤੇ ਗੱਲ ਕਰੀਏ, ਗਰਾਊਂਡ ਲੈਵਲ ਦੀ ਗੱਲ ਕਰੀਏ, ਤਾਂ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਦੇ ਲਈ, ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਲਈ, ਬਲਾਕ ਸਮਿਤੀ ਚੋਣਾਂ ਦੇ ਲਈ ਹੋਲਡ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੈ। ਇਸ ਵਿੱਚ ਵਿਚਾਲੇ ਹੁਣ ਸੁਖਬੀਰ ਬਾਦਲ ਦੀ ਕੀ ਰਣਨੀਤੀ ਹੋਏਗੀ, ਉਹ ਆਖਿਰਕਾਰ ਕੀ ਸੋਚ ਰਹੇ ਹੋਣਗੇ, ਕੈਪਟਨ ਅਮਰਿੰਦਰ ਸਿੰਘ ਦੀ ਕੀ ਰਣਨੀਤੀ ਹੋਏਗੀ ਜਦੋਂ ਟੇਬਲ ਦੇ ਵਿੱਚ ਆਪਣੇ ਵਜ਼ੀਰਾਂ ਦੇ ਨਾਲ ਬੈਠਦੇ ਹੋਣਗੇ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਜ਼ੀਰ, ਆਮ ਆਦਮੀ ਪਾਰਟੀ ਦੀ ਵਜ਼ਾਰਤਾਂ ਹਜੇ ਜਿਹੜਾ ਉਹਨਾਂ ਦਾ ਝਾੜੂ ਖੈਰ ਤੀਲਾ ਤੀਲਾ ਹੋਇਆ ਪਿਆ, ਪਹਿਲੇ ਉਹਨੂੰ ਸਮੇਟ ਲੈਣ, ਉਸ ਤੋਂ ਬਾਅਦ ਉਹਨਾਂ ਦੀ ਕੀ ਰਣਨੀਤੀ ਹੋਏਗੀ, ਕਿਉਂਕਿ ਉਹ ਇੱਕ ਉਹ ਵੀ ਪਾਰਟੀ ਸਾਹਮਣੇ ਆ ਰਹੀ ਹੈ ਅਤੇ ਇਹ ਹੁਣ ਵਿਚਾਰ ਕਰਨਾ ਲਾਜ਼ਮੀ ਹੋ ਜਾਂਦਾ ਹੈ। ਕਰਾਂਗੇ ਇਸ ਉੱਤੇ ਵਿਚਾਰ ਵਟਾਂਦਰਾ ਇਸ ਬ੍ਰੇਕ ਤੋਂ ਬਾਅਦ।